ਪੰਜਾਬ ਵਿੱਚ ਅਵਾਰਾ ਕੁੱਤੇ ਜਾਨ ਦਾ ਖੌਅ ਬਣੇ ਹੋਏ ਨੇ ਅਤੇ ਹੁਣ ਇਹ ਰਾਹਗੀਰਾਂ ਦੀ ਜਾਨ ਦੇ ਵੀ ਦੁਸ਼ਮਣ ਬਣਦੇ ਜਾ ਰਹੇ ਨੇ। ਤਾਜ਼ਾ ਮਾਮਲੇ ਵਿੱਚ ਅਵਾਰਾ ਕੁੱਤਿਆਂ ਨੇ ਇੱਕ ਮਹਿਲਾ ਨੂੰ ਨੋਚ ਖਾਧਾ। ਮਾਮਲਾ ਹੈ ਕਸਬਾ ਫਤਿਹਗੜ੍ਹ ਚੂੜੀਆਂ ਦਾ, ਜਿੱਥੇ ਰੇਲਵੇ ਸਟੇਸ਼ਨ ਰੋਡ ਦੀ ਖਾਲਸਾ ਕਲੋਨੀ ਦੀ ਵਸਨੀਕ ਰਾਣੀ ਦੀ ਦਰਦਨਾਕ ਮੌਤ ਹੋ ਗਈ ਹੈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਣੀ ਅਤੇ ਉਸ ਦੀ ਸੱਸ ਕੰਮ ਵਾਸਤੇ ਨਜ਼ਦੀਕੀ ਪੈਂਦੇ ਡੇਰੇ 'ਤੇ ਗਈਆਂ ਸਨ। ਸਵੇਰੇ ਸਵੇਰੇ ਸੰਘਣੀ ਧੁੰਦ ਦੇ ਕਾਰਨ ਉਸ ਦੀ ਨੂੰ ਸੜਕ ਵਾਲਾ ਪਾਸਾ ਛੱਡ ਕੇ ਰੇਲਵੇ ਲਾਈਨਾਂ ਦੇ ਨਾਲ ਨਾਲ ਦੂਸਰੇ ਰਸਤੇ ਤੇ ਚੱਲ ਪਈ, ਪਰ ਥੋੜੀ ਦੂਰੀ ਗਈ ਸੀ ਕਿ ਅਚਾਨਕ 5-6 ਕੁੱਤਿਆਂ ਦੇ ਝੁੰਡ ਨੇ ਉਸ ਤੇ ਹਮਲਾ ਕਰ ਦਿੱਤਾ, ਜਿਨ੍ਹਾਂ ਤੋਂ ਖਹਿੜਾ ਛਡਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ। ਘੇਰ ਕੇ ਤੇ ਕੁੱਤੇ ਪੈ ਗਏ, ਕੁੱਤੇ ਬਹੁਤ ਜ਼ਿਆਦਾ ਸੀਗੇ ਅਤੇ ਮੁੜ ਕੇ ਉਹਨਾਂ ਨੇ ਵੱਢ ਖਾਧਾ ਇਹਨੂੰ, ਨੋਚ ਨੋਚ ਕੇ ਤੇ ਖਾ ਲਿਆ ਇਹਨੂੰ। ਲਾਗੇ ਇੱਕ ਡੇਰਾ ਸੀ, ਉਹਨਾਂ ਨੇ ਆਣ ਕੇ ਛੁਡਾਇਆ, ਪਰ ਉਹਨੇ ਚਿਰ ਨੂੰ ਇਹਨਾਂ ਦੀ ਡੈਥ ਹੋ ਚੁੱਕੀ। ਅਸੀਂ ਹੁਣ ਮੰਗ ਕਰਦੇ ਹਾਂ ਵੀ ਸਰਕਾਰ ਕੋਲੋਂ ਵੀ ਇਹਨਾਂ ਦੀ ਕੋਈ ਥੋੜ੍ਹੀ ਬਹੁਤੀ ਮਦਦ ਕੀਤੀ ਜਾਏ ਨਾ। ਤਾਂ ਇਹਨਾਂ ਦਾ ਲੜਕਾ ਵੀ ਇੱਕ ਹੈਗਾ, ਪਰ ਉਹਦੀਆਂ ਵੀ ਲੱਤਾਂ ਬਾਹਾਂ ਨਹੀਂ ਚੱਲਦੀਆਂ।